ਹਾਂਜੀ ਦੋਸਤੋ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ। ਸੋ ਦੋਸਤੋ, ਅੱਜ ਦੀ ਆਪਣੀ ਵਿਜ਼ਿਟ ਹੈਗੀ ਆ ਪਿੰਡ ਸ਼ਿਵਾਜਪੁਰ, ਤਹਿਸੀਲ ਪੱਟੀ, ਜ਼ਿਲ੍ਹਾ ਸ਼੍ਰੀ ਤਰਨ ਤਾਰਨ ਸਾਹਿਬ। ਵੀਰ ਬਲਜੀਤ ਦੇ ਕੋਲ ਆਏ ਹਾਂ ਦੋਸਤੋ, ਅਤੇ ਪਸ਼ੂ ਵਪਾਰ ਦਾ ਕੰਮ ਆ ਵੀਰ ਦਾ। ਇਸ ਘਰੋਂ ਆਪਾਂ ਕਾਫੀ ਵੀਡੀਓ ਜਿਹੜੀਆਂ ਦੋਸਤੋ ਪਹਿਲਾਂ ਵੀ ਅਪਲੋਡ ਕੀਤੀਆਂ ਨੇ, ਪਸ਼ੂ ਤੁਹਾਨੂੰ ਦਿਖਾਈ ਦੇ ਆ। ਜ਼ਿਆਦਾਤਰ ਜਿਹੜੇ ਆ ਪਸ਼ੂ ਉਹ ਵਹਿੜਾਂ ਦੇ ਵਿੱਚ ਆਉਂਦੇ ਆ, ਠੀਕ ਆ ਜੀ, ਅਤੇ ਵਿਕਰੀ ਦਾ ਕੰਮ ਆ ਵੀਰ ਦਾ। ਅੱਜ ਇਸ ਘਰੋਂ ਦੋਸਤੋ ਆਪਾਂ ਤੁਹਾਨੂੰ ਤਿੰਨ ਵਹਿੜਾਂ ਦਿਖਾਵਾਂਗੇ। ਇੱਕ ਬਿਲਕੁਲ ਸੱਜਰ ਸੂਈ ਆ, ਅਤੇ ਦੋ ਗੱਬਣਾਂ ਬਿਲਕੁਲ ਤਿਆਰੀ 'ਤੇ ਆ। 10 ਅਕਤੂਬਰ ਅੱਜ ਦੋਸਤੋ ਤਰੀਕ ਆ, ਤੁਸੀਂ ਨੋਟ ਕਰ ਲਿਓ। ਸਮਾਂ ਕੋਈ 11:30 ਮੋਰਨਿੰਗ ਦਾ ਟਾਈਮ ਆ, 11:30 ਦਾ ਸਮਾਂ। ਬਾਕੀ ਜਿਹੜਾ ਪਸ਼ੂ ਹਰ ਵਾਰ ਆਪਣੀ ਰਿਕੁਐਸਟ ਹੁੰਦੀ, ਜਿਹੜਾ ਪਸ਼ੂ ਸੋਇਆ ਸਵਾਇਆ, ਦੋ ਡੰਗ ਚਵਾਈ ਗੱਬਣ ਪਸ਼ੂ ਆਪਣਾ ਤਿਪ ਕੇ ਤਸੱਲੀ ਜ਼ਰੂਰ ਕੀਤੀ ਜਾਵੇ। ਸੋ ਵੀਰ ਬਲਜੀਤ ਦੇ ਜਿਹੜੇ ਦੋਸਤੋ ਨੰਬਰ ਨੇ ਬਿਲਕੁਲ ਸਕਰੀਨ ਦੇ ਥੱਲੇ ਚੱਲਦੇ ਕਰ ਦਿਆਂਗੇ। ਨੰਬਰਾਂ 'ਤੇ ਤੁਸੀਂ ਕਾਲ ਕਰ ਸਕਦੇ ਜੇ, ਸੰਪਰਕ ਕਰ ਸਕਦੇ ਜੇ, ਠੀਕ ਆ ਜੀ। ਅਤੇ ਆਇਓ ਕਰਦੇ ਹਾਂ ਗੱਲਬਾਤ ਵੀਰ ਬਲਜੀਤ ਦੇ ਨਾਲ, ਪੁੱਛਦੇ ਹਾਂ ਦੋਸਤੋ ਕੀ ਇਨਫੋਰਮੇਸ਼ਨ ਆ, ਕੀ ਡਿਟੇਲ ਆ ਜਿਹਨਾਂ ਪਸ਼ੂਆਂ ਦੀ। ਸੋ ਪਸ਼ੂ ਚੰਗੇ ਹੁੰਦੇ ਆ ਦੋਸਤੋ, ਰੇਟ ਜਿਹੜਾ ਭਾਅ ਪੜਤਾ ਉਹ ਬਿਲਕੁਲ ਵਾਜਬ ਹੁੰਦਾ, ਜਾਇਜ਼ ਰੇਟ ਹੁੰਦਾ। ਆਜੋ ਸਭ ਤੋਂ ਪਹਿਲਾਂ ਵੀਰ ਬਲਜੀਤ ਸਿੰਘ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰ ਜੀ, ਠੀਕ ਠਾਕ ਜੋ? ਠੀਕ ਠਾਕ ਵੀਰ ਜੀ, ਆਪਦੇ ਸੁਣਾਓ? ਹਾਂਜੀ ਵਧੀਆ ਜੀ। ਅੱਛਾ ਬਲਜੀਤ ਵੀਰੇ, ਅੱਜ ਪਸ਼ੂ 3 ਆ? ਹਾਂਜੀ, 2 ਗੱਬਣਾ ਵਾ ਅਤੇ 1 ਸੂਈ ਹੈ ਜੀ। 1 ਸੂਈ ਆ? ਹਾਂਜੀ। ਠੀਕ ਆ ਜੀ, ਅਤੇ ਚੰਗੀਆਂ ਬਿਲਕੁਲ ਭਰੋਸੇਯੋਗ ਆ, ਕਿਸੇ ਵੀਰ ਨੇ ਘਰੇਲੂ ਰੱਖਣੀਆਂ ਚੰਗੀਆਂ ਮੈਡਮ? ਵਧੀਆ ਵੀਰ ਜੀ, ਐਂ ਓਕੇ ਸਾਰਾ। ਠੀਕ ਆ ਜੀ। ਹਾਂਜੀ, ਅਤੇ ਸੋ ਦੋਸਤੋ ਪਹਿਲਾਂ ਵੀ ਚੰਗੀਆਂ ਵਹਿੜਾਂ ਜਿਹੜੀਆਂ ਇਸ ਕਰਕੇ ਆਈਆਂ ਨੇ, ਠੀਕ ਆ ਜੀ, ਵੱਡੇ ਵੱਡੇ ਆਰਡਰ ਕੁਆਲਿਟੀ ਵਾਲੀਆਂ, ਚੰਗੀ ਮਿਲਕ ਕਪੈਸਿਟੀ ਵਾਲੀਆਂ। ਸੋ ਬਾਕੀ ਇਹਨਾਂ ਦਾ ਰੇਟ ਜਿਹੜਾ ਭਾਅ ਪੜਤਾ ਬਿਲਕੁਲ ਜਾਇਜ਼ ਆ, ਸੋ ਵੀਡੀਓ ਦੇ ਨਾਲ ਐਂਡ ਤੱਕ ਜ਼ਰੂਰ ਬਣੇ ਰਹੋ। ਆ ਜਾਓ ਜੀ। ਸੋ ਬਲਜੀਤ ਭਾਈ, ਪਹਿਲੇ ਨੰਬਰ ਤੋਂ ਕਿੱਥੋਂ ਸਟਾਰਟ ਕਰਦੇ ਆ? ਹਾਂਜੀ, ਆਹ ਵਹਿੜ ਆ ਜੀ, ਗੱਬਣ ਤੋਂ ਜੀ? ਹਾਂਜੀ, ਗੱਬਣ ਆ ਜੀ। ਲਓ ਜੀ, ਗੱਬਣ ਵਹਿੜ ਆ ਦੋਸਤੋ, ਬਿਲਕੁਲ ਇੱਥੋਂ ਆਪਾਂ ਸਟਾਰਟ ਕਰ ਦਿੰਦੇ ਹਾਂ। ਸੂਆ ਕਿਨਵਾ ਸੁਣ ਜਾ ਰਹੀ ਹੈ? ਸੂਆ ਵੀਰ ਜੀ ਘਰ ਵਾਲੇ ਰਹਿੰਦੇ, ਦੂਜਾ ਆਪਾਂ ਤੀਜਾ ਸਮਝ ਕੇ ਲਈ ਜੋ, ਬਾਕੀ ਪਲੀ ਪੁਲੀ ਚੰਗੀ ਜੋ। ਲਓ ਜੀ, ਬਾਕੀ ਹੋ ਸਕਦੀ ਦੂਜਾ ਹੀ ਹੋਵੇ। ਹਾਂਜੀ, ਠੀਕ ਹੈ। ਸੋ ਦੂਜਾ ਸੂਆ ਵੀਰ ਦਾ ਮੰਨ ਕੇ ਆਪਾਂ ਖਰੀਦੀ ਆ, ਕੋਈ ਵੀਰ ਤੀਜਾ ਸੂਆ ਮੰਨ ਸਕਦਾ ਦੋਸਤੋ? ਇੱਕ ਅੱਧੇ ਸੂਏ ਦਾ ਕੋਈ ਅੱਗਾ ਪਿੱਛਾ ਵੀ ਕੋਈ ਮੰਨ ਸਕਦਾ, ਕੋਈ ਬਾਹਲੀ ਵੱਡੀ ਗੱਲ ਨਹੀਂ ਗੀ, ਠੀਕ ਆ। ਦੂਜਾ ਕਿਹਾ ਕੋਈ ਵੀਰ ਤੀਜਾ ਮੰਨ ਲਏ, ਠੀਕ ਆ। ਬਾਕੀ ਸ਼ਾਈਨ ਸ਼ੂਨ ਪੂਰੀ ਕਰਦੀ ਆ, ਸਕਿਨ ਸਕੂਨ ਵੇਖੋ ਬਿਲਕੁਲ ਸ਼ਾਈਨ ਕਰਦੀ ਆ, ਠੀਕ ਆ ਜੀ। ਅਤੇ ਖੁਬਾਨਾ ਤੁਹਾਨੂੰ ਜਿਹੜਾ ਦੋਸਤੋ ਦਿਨਾ ਆਪਾਂ ਤੁਹਾਨੂੰ ਦਿਖਾ ਦਿੰਦੇ ਹਾਂ ਬਿਲਕੁਲ। ਦੇਣ ਵੀਰ ਜੀ 20 ਲੈ ਜੂਗੇ? 20 ਲੈ ਜੂ? ਹਾਂਜੀ, ਬਣੋ ਬਣੋ ਚੰਗੇ, ਠੀਕ ਆ ਜੀ। ਹਾਂਜੀ, ਰਿਕਾਰਡ ਵੀ ਬਲਜੀਤ ਪੁੱਛਿਆ? ਹਾਂਜੀ, 20 ਕਿਲੋ ਦੁੱਧ ਹੀ ਗਿਆ। 20 ਕਿਲੋ? ਹਾਂਜੀ, ਪਿਛਲੇ ਸੂਬੇ ਦਾ? ਹਾਂਜੀ। ਲਓ ਜੀ, 20 ਕਿਲੋ ਜਿਹੜਾ ਦੋਸਤੋ ਅਜੇ ਤੇ ਲਾਈ ਪਈ ਕਰਮਾਲੀ, ਹਜੇ ਤਕਰੀਬਨ ਆਪਾਂ ਜੇਕਰ ਦੇਖੀਏ ਨਾ ਆਰਡਰ ਦੀ ਕੁਆਲਿਟੀ ਵਾਲ ਤੇ ਲਾਈ ਪਈ ਆ, ਧਾਰਾਂ ਜਿਹੜੀਆਂ ਦੋਸਤੋ ਹਵਾਨੇ ਦੇ ਵਿੱਚ ਪਾਉਣੀਆਂ ਸ਼ੁਰੂ ਕੀਤੀਆਂ ਨੇ, ਆਰਡਰ ਕੁਆਲਿਟੀ ਸੋਹਣੀ ਬਣਾਊਗੀ 20 ਦਿਨਾਂ ਦੇ ਵਿੱਚ, ਜਿਹੜਾ ਦੋਸਤੋ ਆਪਾਂ ਉਮੀਦ ਕਰ ਸਕਦੇ ਹਾਂ ਵੀ ਚੰਗਾ ਸੋਹਣਾ ਆਰਡਰ ਤਿਆਰ ਕਰੂਗੀ। ਅਤੇ ਖੋਲ੍ਹ ਕੇ ਬਲਜੀਤ ਬਾਈ ਤੋੜ ਕੇ ਦਿਖਾ ਦਈਏ, ਠੀਕ ਆ ਜੀ। ਹਾਈਟ ਜਿਹੜੀ ਆ ਦੋਸਤੋ ਮੀਡੀਅਮ ਤੁਸੀਂ ਅਕਾਊਂਟ ਕਰ ਲਿਓ, ਨਿੱਗਰ ਆ, ਪਲੀ ਸੰਭੀ ਪੂਰੀ ਆ, ਠੀਕ ਆ ਜੀ। ਬਾਕੀ ਵਜਨ ਵਜੂਦ ਚੰਗਾ ਵੇਖੋ, ਆਹ ਦੇਖੋ ਜੀ, ਠੀਕ ਹੈ ਜੀ। ਆਹ ਦੇਖੋ, ਠੀਕ ਹੈ। ਸੋ ਆਰਡਰ ਕੁਆਲਿਟੀ ਸੋਹਣੀ ਆ, ਕਾਫੀ ਵਧੀਆ ਜਿਹੜਾ ਦੋਸਤੋ ਆਰਡਰ ਬਣਾ ਕੇ ਤਿਆਰ ਕਰ ਲੂਗੀ। ਬਾਕੀ ਦਿਨਾਂ ਦੇ ਹਿਸਾਬ ਨਾਲ ਆ, ਵੀ ਦਿਨ ਘੱਟੋ ਘੱਟ 20 ਦਿਨ ਕੋਈ ਮੰਨ ਕੇ ਵੀਰ ਸੌਦਾ ਕਰੇ, ਬਣੂਗੀ ਚੰਗੀ, ਠੀਕ ਆ ਜੀ। 20 ਕਿਲੋ ਪਹਿਲੇ ਸੂਬੇ ਦੇ ਵਿੱਚ ਕਪੈਸਿਟੀ ਰਹੀ ਆ, ਉਹਨੂੰ ਅਕੋਰਡਿੰਗ ਆਪਾਂ ਰੱਖਦੇ ਹੋਏ ਦੋਸਤੋ ਇਸ ਵਾਰ ਉਮੀਦ ਚੰਗੀ ਕਰ ਸਕਦੇ ਹਾਂ। ਥਣ ਥੁਣ ਪੂਰਾ ਵੇਖੋ ਤੁਸੀਂ, ਠੀਕ ਆ, 4 ਥਣ ਆ, ਸਪੇਸ ਜਿਹੜੀ ਆ ਆਪਸੀ ਥਣਾਂ ਦੀ, ਆਹ ਦੇਖੋ, ਆਹ ਦੇਖੋ ਜੀ, ਠੀਕ ਆ, ਵੀ ਚਾਰੇ ਥਾਣਾ ਬਿਲਕੁਲ ਜਿਹੜੇ ਦੋਸਤੋ ਸਪੇਸ ਵਿੱਚ ਕੋਈ 4-4 ਇੰਚ ਜਿਹੜੀ ਸਪੇਸ ਹੈਗੀ ਆ। ਅਤੇ ਤਿੱਪਣ ਬਲਜੀਤ ਭਾਈ ਵਧੀਆ? ਓਕੇ, ਹਾਂਜੀ, ਐਂ ਓਕੇ ਆ ਜੀ, ਸ਼ਾਇਦ ਹੀ ਆਉਂਦਾ ਅਜੇ, ਠੀਕ ਆ। ਹਾਂਜੀ, ਤਿੱਪਣ ਤਾਂ ਜਿਹੜਾ ਦੋਸਤੋ ਅਜੇ ਸ਼ਾਇਦ ਆਉਂਦਾ, ਠੀਕ ਆ ਜੀ।
ਤੇ ਕੀ ਮੁੱਲ ਕੀ ਰਹੂਗਾ ਬਲਜੀਤ ਵੀਰੇ ਲੈਣ ਦੇਣ ਦਾ? ਮੁੱਲ ਭਾਵੇਂ ਵੀਰ ਜੀ ਤਿਆਰ ਕਰਕੇ ਤੇ ਭਾਵੇਂ ਵੱਛੀ 55,000 ਦੀ ਵੇਚ ਦਈਏ। ਹਾਂਜੀ ਮੁੱਲ ਕਰਾਂਗੇ 50,000, 47,000 ਦੀ ਹਾਂ ਨਾ ਹੀ ਦੇਵਾਂਗੇ। 47 ਦੀ? ਹਾਂਜੀ 100 ਰੁਪਇਆ ਛੋੜ ਹੀ ਕਰਾਂਗੇ, ਤੁਹਾਨੂੰ ਪਤਾ ਵੱਛੀ ਵਜਨ ਵੱਟੇ ਵਾਲੀ ਆ। ਹਾਂਜੀ ਵੱਛੀ 55,000 ਦੀ ਵੇਚ ਜੂ ਤਿਆਰ। ਲਓ ਵੀ ਦੋਸਤੋ ਕੋਈ ਸ਼ੱਕ ਨਹੀਂ ਹੈਗਾ, ਹਾਂਜੀ ਇਹ ਪੂਰੀ ਖੁੱਲੇ ਡੁੱਲੇ ਪਿੰਡ ਦੀ ਆ, ਠੀਕ ਆ ਜੀ, ਸਾਡਾ ਪੈਰਾਂ ਦੀ ਪੂਰੀ ਖੁੱਲੀ ਆ ਅਤੇ ਪੂਰੀ ਗੁੰਦਵੀਂ, ਠੀਕ ਆ, ਰਾਜੀ ਆ, ਵਜਨ ਲੋਡ ਵਾਲੀ ਆ ਪੂਰੀ। ਸੋ ਜ਼ਰੂਰ ਤੁਸੀਂ ਧਿਆਨ ਦੇ ਵਿੱਚ ਰੱਖ ਲਿਓ, 50,000 ਡਿਮਾਂਡ ਅਤੇ 47,000 ਲਏ ਦੇ ਆ ਯੈਸਨੋ ਜਿਹੜੀ ਉਹ 47,000 ਆ ਅੱਜ। ਹੋ ਸਕਦਾ ਵੀ ਕਿਸੇ ਵੀਰ ਨੇ ਦੋਸਤੋ ਅੱਗੇ ਨਫੇ 'ਤੇ ਵੀ ਤੁਸੀਂ ਲੈ ਕੇ ਜਾਣੀ ਆ, ਚਾਹੇ ਕੋਈ ਵਪਾਰੀ ਵੀਰ ਨੇ ਵੀ ਲੈ ਕੇ ਜਾਣੀ ਆ, 2 ਪੈਸੇ ਨਫਾ ਦਿੰਦੀ ਹੈ, 10 ਦਿਨ ਸਾਂਭਲੋਗੇ। ਰੋਟੀ ਵਾਲੀ ਵੱਛੀ ਆ? ਹਾਂਜੀ ਰੋਟੀ ਵਾਲੀ ਆ। ਮੈਂ ਕਿਹਾ ਬਿਲਕੁਲ ਜੀ ਬਿਲਕੁਲ। ਸੋ ਜਲ ਪਾਣੀ ਜਿਹੜੀ ਆ ਦੋਸਤੋ ਅੱਗੇ ਵੀ ਦਿੰਦੀ ਆ, ਜਿਹੜੇ ਕੋਈ ਵੀਰ ਘਰੇਲੂ ਰੱਖਣ ਵਾਲਾ ਕੋਈ ਲੈ ਕੇ ਜਾ ਰਿਹਾ ਤਾਂ ਤੁਹਾਨੂੰ ਘੱਟੋ ਘੱਟ ਜ਼ਿਆਦਾ ਨਹੀਂ ਕਹਿੰਦੇ ਕਿ 7,000-8,000 ਰੁਪਏ ਜਿਹੜੀ ਦੋਸਤੋ ਸੁਵੱਲੀ ਮਿਲ ਸਕਦੀ ਹੈ। ਜੇਕਰ ਆਪਾਂ ਤਿਆਰੀ 'ਤੇ ਇਹੋ ਜਿਹੀ ਬੈਡ ਖਰੀਦਣੀ ਹੋਵੇ 8-7,000 ਤੁਹਾਨੂੰ ਉਹ ਸੁਵੱਲੀ ਮਿਲ ਜੂਗੀ, ਅਤੇ ਕੋਈ 15-20 ਦਿਨ ਪੂਰੀ ਤਿਆਰੀ 'ਤੇ ਆ ਜਾਣਾ ਇਹਨੇ, ਚੰਗੀ ਬੈਡ ਆ, ਠੀਕ ਆ ਜੀ, ਅਤੇ ਬਿਲਕੁਲ ਸਾਫ਼ ਸਫਾਈ ਪੂਰੀ ਆ, ਥਣਲੇ ਵੀ ਦੀ ਪੂਰੀ ਸਫਾਈ ਆ, ਉੱਪਰੋਂ ਬਾਡੀ ਬਣਤਰ ਪੂਰੀ ਜਿਹੜੀ ਦੋਸਤੋ ਭਰਵੇਂ ਪਿੰਡੇ ਦੀ ਆ, ਰਾਜੀ ਆ, ਨਿੱਗਰ ਆ ਪੂਰੀ। ਇਸ ਤੋਂ ਬਾਅਦ ਇੱਕ ਸੈਕਿੰਡ ਜਿਹੜੀ ਆ ਤੁਹਾਨੂੰ ਦੂਜੇ ਨੰਬਰ 'ਤੇ ਦੋਸਤੋ ਜਿਹੜੀ ਆਹ ਬੈਡ ਦਿਖਾਉਣੀ ਆ, ਇਹ ਵੀ ਤਕਰੀਬਨ ਦੇਣ ਬੇਸ਼ੱਕ ਘੱਟ ਲੈਂਦੀ ਹੋਊਗੀ, ਹੈ ਇਹ ਵੀ ਬਿਲਕੁਲ ਤਿਆਰੀ 'ਤੇ ਆ। ਅਤੇ ਕੀ ਬਲਜੀਤ ਦਾ ਰਿਕਾਰਡ ਹੈਗਾ, ਸੂਆ ਕਿੰਨਵਾਂ ਸੂਗੀ ਹੈ ਵੀਰ ਜੀ? ਇਹਦਾ ਸੂਆ ਜੋ ਦੂਜਾ ਆ, ਹਾਂਜੀ, ਅਤੇ ਦੁੱਧ ਇਹਨੇ ਕੱਢਿਆ ਜੋ ਪਹਿਲਾਂ ਨੇ 17-18 ਕਿਲੋ ਦੁੱਧ ਪਹਿਲਾਂ ਨੇ। ਹਾਂਜੀ ਠੀਕ ਆ ਜੀ, ਅਤੇ ਐਰਕੀ ਵੇਖੋ 20 ਚਵਾ ਦੇ ਸ਼ਾਇਦ, ਠੀਕ ਆ ਜੀ। ਹਾਂਜੀ ਬਾਕੀ ਢਿੱਲਾਂ ਢੁੱਲਾਂ ਜੇ ਬਹੁਤ ਜ਼ਿਆਦੀਆਂ ਵੇਖੋ, ਲਓ ਜੀ ਬਣੂ ਚੰਗੀ। ਸੋ ਪਹਿਲਣ ਨੇ ਜਿਹੜਾ ਦੋਸਤੋ 18 ਤੋਂ +20-20 ਲੀਟਰ ਦੇ ਨੇੜੇ ਤੇੜੇ ਜਿਹੜਾ ਦੁੱਧ ਦਿੱਤਾ। ਹਾਂਜੀ ਤੇ ਦੂਜਾ ਸੂਆ ਸੋਹਣਾ, ਇਹ ਕ੍ਰੋਸ ਆ ਗਈ ਜਰਸੀ? ਹਾਂਜੀ ਕ੍ਰੋਸ ਆ ਜੀ, ਜਰਸੀ HF ਜਰਸੀ ਕ੍ਰੋਸ ਆ ਗਈ, ਠੀਕ ਆ ਜੀ। ਛੋਟਾ ਜਿਹਾ ਕੰਨ, ਉਸੇ ਤਰ੍ਹਾਂ ਜਿਹੜੀ ਫੇਸ ਦੀ ਕੁਆਲਿਟੀ ਆ, ਬੈਕ ਸਾਈਡ ਤੋਂ ਜੇਕਰ ਦੋਸਤੋ ਆਪਾਂ ਵੇਖੀਏ, ਸਾਰ ਤੋਂ ਵੇਖੀਏ, ਠੀਕ ਆ ਜੀ, ਅਤੇ ਪੁੱਠਾ ਵੇਖੀਏ, ਬਿਲਕੁਲ ਜਿਹੜਾ ਜਰਸੀ ਵਾਲਾ ਸਾਰਾ ਹੈਗਾ, ਠੀਕ ਆ। ਸਟਰਕਚਰ ਜਿਹੜਾ ਹਵਾਨੇ ਦਾ ਬਿਲਕੁਲ ਤੁਹਾਡੇ ਸਾਹਮਣੇ ਆ, ਲੇਬਟੀ ਵੇਖੀਏ, ਥਣ ਦੀ ਕੁਆਲਿਟੀ ਵੇਖੀਏ, ਸਾਰੀ ਜਰਸੀ ਦੇ ਵਿੱਚ ਪੈਂਦੀ ਹੈ। ਸੂਆ ਦੂਜਾ ਸੂਣਾ ਤੇ ਦਿਨ ਹਫਤਾ ਦੱਸਿਆ ਜੀ? ਦਿਨ ਹਫਤਾ ਲੈ ਜੂਗੀ ਵੀਰ ਜੀ, ਹਫਤਾ ਖੁੱਲਾ ਡੁੱਲਾ, ਠੀਕ ਹੈ ਜੀ। ਹਾਂਜੀ ਧੋਰ ਇੱਧਰ ਵੱਧ ਵੀ ਖੜ ਸਕਦੀ ਆ, ਠੀਕ ਹੈ, ਬਾਕੀ ਹਫਤੇ ਜਾ ਪੰਡਾ ਹੀ ਪਾ ਦੂਗੀ, ਠੀਕ ਹੈ ਜੀ। ਆਹ ਦੇਖੋ ਜੀ, ਠੀਕ ਆ, ਸੋ ਹਾਈਟ ਤਕਰੀਬਨ ਜਿਹੜੀ ਆ ਦੋਸਤੋ ਮੀਡੀਅਮ ਦੇ ਵਿੱਚ ਕਾਊਂਟ ਕਰ ਲਿਓ, ਜਿੱਡੀ ਆਪਾਂ ਨੋਰਮਲ ਇੱਕ ਗੱਲ ਕਰ ਲੈਂਦਾ ਮੈਂ ਦੋਸਤੋ, ਫੋਰ ਐਗਜ਼ਾਮਪਲ ਜਿੱਡੀ ਆਪਾਂ ਜਰਸੀ ਪੰਜਾਬ ਦੀ ਜਰਸੀ ਬੈਡ ਦੇਖਦੇ ਹਾਂ, ਓਡੀ ਹਾਈਟ ਕਰਦਾ, ਫੇਸ ਕੁਆਲਿਟੀ ਵੀ ਉਸੇ ਤਰ੍ਹਾਂ, ਪਰ ਰੰਗ ਜਿਹੜਾ ਕਰੋਸਪਨ ਜਿਹੜਾ ਕਰੋਸ ਹੈਗੀ ਆ, ਬੇਸ਼ੱਕ HF ਦੇ ਵਿੱਚ ਕਰੋਸ ਆ, ਛੋਟਾ ਜਿਹਾ ਕੰਨ, ਫੇਸ ਕੁਆਲਿਟੀ ਉਸੇ ਤਰ੍ਹਾਂ, ਠੀਕ ਹੈ ਜੀ। ਅਤੇ ਆਹ ਦੇਖੋ ਜੀ, ਠੀਕ ਆ ਜੀ, ਸੋ ਥਣ ਥੁਣ ਦੀ ਕੁਆਲਿਟੀ ਸੋਹਣੀ ਆ। ਥੋੜ੍ਹਾ ਜਿਹਾ ਇੱਕ ਹੋਰ ਗੇੜਾ ਮਾੜਾ ਜਿਹਾ ਲਵਾ ਦਿਓ, ਲੰਮਾ ਤੋਰ ਦਿਓ ਭਾਈ ਬਲਜੀਤ। ਆਹ ਦੇਖੋ ਜੀ, ਘੱਟੋ ਘੱਟ ਵੀ 7 ਦਿਨ ਜਿਹੜੇ ਆ ਦੋਸਤੋ ਖੁੱਲ੍ਹੇ ਡੁੱਲੇ ਲੈ ਜੂਗੀ, ਲੜ ਲੁੜ ਤੁਸੀਂ ਵੇਖ ਲਓ, ਢਿੱਲਾਂ ਢੁੱਲਾਂ ਕਾਫੀ ਜ਼ਿਆਦੀਆਂ ਨੇ। ਵੈੜ ਚੰਗੀ ਹੈ, ਕੋਈ ਘਰੇਲੂ ਵੀਰ ਨੇ ਘਰੇ ਰੱਖਣ ਵਾਸਤੇ ਖਰੀਦਣੀ ਆ, ਤੁਸੀਂ ਜ਼ਰੂਰ ਹੱਥ ਪਾ ਸਕਦੇ ਜੇ। ਅੱਛਾ ਬਲਜੀਤ, ਇਸੇ ਤਰ੍ਹਾਂ ਘਰਾਂ ਦੇ ਵਿੱਚੋਂ ਪਸ਼ੂ ਲਿਆ ਆਪਾਂ? ਹਾਂਜੀ ਹਾਂਜੀ, ਘਰ 'ਚੋਂ ਜੀ। ਲਓ ਜੀ, ਘਰਾਂ ਦੇ ਵਿੱਚੋਂ ਵੀਰ ਪਸ਼ੂ ਲੈਂਦਾ, ਬੇਸ਼ੱਕ 2-3 ਨਗ ਹੀ ਆਉਂਦੇ ਆ ਦੋਸਤੋ, ਪਰ ਪਸ਼ੂ ਜਿਹੜਾ ਖਾਸ ਤੌਰ 'ਤੇ ਜੇਕਰ ਆਪਾਂ ਗੱਲ ਕਰੀਏ ਘਰਾਂ ਦੇ ਵਿੱਚੋਂ ਖਰੀਦਿਆ ਜਾਂਦਾ, ਠੀਕ ਆ ਜੀ, ਨੋਰਮਲ ਘਰੇਲੂ ਘਰਾਂ ਦੇ ਵਿੱਚੋਂ। ਅਤੇ ਅੱਗੇ ਜਿਹੜੇ ਵੀਰ ਨੇ ਘਰੇਲੂ ਨੇ ਖਰੀਦਣੀ, ਆਪਦੀ ਤਸੱਲੀ ਆ, ਆਪਦੀ ਤਪਾਈ ਕਰਕੇ ਤਿੱਪ ਕੇ ਜਿਹੜੀ ਆ ਦੋਸਤੋ ਤਸੱਲੀ ਕਰ ਲਿਓ, ਠੀਕ ਆ ਜੀ, 4 ਥਣਾਂ ਦੀ। ਅਤੇ ਦਿਨ ਵੈਸੇ ਘੱਟ ਲਜਾਂਦੀ ਆ, ਪਹਿਲੀ ਬੈਡ ਬਹੁਤੇ ਵੀਰ ਜਿਹੜੇ ਆ ਦੋਸਤੋ ਘੱਟੋ ਘੱਟ ਵੀ 10-15 ਦਿਨ ਆਪ ਸਾਂਭ ਕੇ ਰਾਜ਼ੀ ਹੁੰਦੇ ਆ, ਉਹੋ ਜਿਹੀ ਤਿਆਰੀ ਕਰ ਲੈਂਦੇ ਆ ਪਸ਼ੂ ਦੀ। ਇਹ ਬਿਲਕੁਲ ਤਿਆਰ ਆ, ਹਫਤਾ ਖੰਡ ਜਿਹੜਾ ਸਮਾਂ ਤੁਹਾਨੂੰ ਸਾਂਭਣੀ ਪੈਣੀ ਆ, ਤਿਆਰੀ 'ਤੇ ਆ, ਠੀਕ ਆ ਜੀ। ਤਾਰਾ ਮਾਰ ਕੇ ਵਿਖਾ ਦਈਏ? ਹਾਂਜੀ ਤਿੱਪ ਕੇ ਲਿਆਓ ਜੀ। ਹਾਂ
ਆਹ ਅਗਲੇ ਥਣ ਵੇਖੋ ਜੀ, ਠੀਕ ਆ ਜੀ, ਇਹ ਤਪਾਈ ਹੈ ਜਿਹੜੀ ਦੋਸਤੋ ਅਗਲੇ ਥਣਾਂ ਦੀ ਹੈ, ਤਿੱਪਣ ਵਿੱਚ ਤੁਸੀਂ ਵੇਖੋ, ਠੀਕ ਆ, ਅਤੇ ਆਹ ਮਗਰਲੇ ਥਣ, ਠੀਕ ਆ ਜੀ, ਬੌਲਾ ਭੰਨਿਆ ਤਕਰੀਬਨ ਕੋਈ 5-7 ਦਿਨ ਜਿਹੜੇ ਦੋਸਤੋ ਕੱਢ ਕੇ ਸੂਪੂਗੀ, ਬਿਲਕੁਲ ਟਾਈਟ ਆਰਡਰ ਕਰ ਲੂਗੀ, ਠੀਕ ਆ ਜੀ, ਅਤੇ ਦੁੱਧ ਚੰਗੇ ਦੀ ਉਮੀਦ ਆ ਆਪਾਂ ਨੂੰ ਇਹੋ ਜਿਹੇ ਲੇਵੇ ਤੋਂ ਦੋਸਤ। ਅੱਛਾ ਬਲਜੀਤ, ਕਿੰਨਾ ਮੁੱਲ ਕਿੰਨਾ ਕਰਦੇ ਡਿਮਾਂਡ ਇਹਦੀ ਵੀਰ? ਮੁੱਲ ਤਾਂ ਵੀਰ ਜੀ ਵੈੜ ਆਉਂਦੀ, ਮੈਨੂੰ 50 ਦੀ ਵੇਚ ਦਿਓ। ਅੱਛਾ, ਪਰ ਆਪਾਂ ਭਾਅ ਨਾ ਲਈ, ਆਪਾਂ ਭਾਅ ਨਾ ਦੇ ਦੇਣੀ, ਠੀਕ ਆ, 45,000 ਦੀ ਦੇ ਦਾਂਗੇ ਪੂਰੇ ਦੀ। 45 ਦੀ? ਹਾਂਜੀ ਵੀ, ਹਾਂ ਨਾਲ ਹੀ ਗੱਲ ਬਾਤ ਹੈ, ਨਾ 100 ਰੁਪਿਆ ਛੋਟ ਹੀ ਕਰਾਂਗੇ 45 ਚੋਂ। ਹਾਂਜੀ ਲਓ ਵੀ ਦੋਸਤੋ, ਜਦੋਂ ਕੋਈ ਵੀਰ ਕਹਿੰਦੇ ਨਾ ਵੀ 100-200 ਰੁਪਿਆ ਛੋਟ ਹੀ ਹੋਊਗੀ, ਹਾਂਜੀ, ਉਦੋਂ ਬਿਲਕੁਲ ਜਿਹੜਾ ਰਾਹ ਮਿਲ ਜਾਂਦਾ ਵੀ ਇੱਥੋਂ ਤੱਕ ਚੀਜ਼ ਜਿਹੜੀ ਆ ਦੇਣ ਦਾ ਪੂਰੀ ਪੂਰੀ ਜਿਹੜਾ ਦੋਸਤੋ ਹੱਕ ਰੱਖਦੀ ਹੈ ਚੀਜ਼ ਵੀ ਅੱਗੇ। ਸੋ ਥਣ ਥੁਣ ਦੀ ਕੁਆਲਿਟੀ ਚੰਗੀ ਆ, ਵਿੱਥੀ ਬੁੱਥੀ ਬਹੁਤ ਜ਼ਿਆਦਾ ਸੋਹਣੀ। ਸੋ ਜਿਹੜਾ ਮੇਰਾ ਵੀਰ ਖਾਸ ਤੌਰ 'ਤੇ ਖਰੀਦਣੀ ਚਾਹੁੰਦਾ ਜ਼ਰੂਰ ਤੁਸੀਂ ਹੱਥ ਪਾ ਲਿਓ, ਉੱਪਰੋਂ ਵੀ ਨਿੱਗਰ ਆ ਪੂਰੀ, ਰਾਜ਼ੀ ਆ, ਕੋਈ ਲਿੱਸੀ ਫਿੱਕੀ ਨਹੀਂ ਹੈਗੀ ਗੀ। ਸੋ ਆਰਡਰ ਕੁਆਲਿਟੀ ਵੀ ਸੋਹਣੀ ਆ, ਇੱਕ ਹਫ਼ਤੇ 5 ਦਿਨਾਂ ਦੇ ਵਿੱਚ ਹੋਰ ਸੋਹਣਾ ਹਵਾਨਾ ਬਣਾ ਕੇ ਤਿਆਰ ਕਰ ਲਊਗੀ, ਠੀਕ ਆ। ਅਤੇ 45,000 ਜਿਹੜੀ ਵੀਰ ਨੇ ਡਿਮਾਂਡ ਕੀਤੀ, ਲੈਣ ਦੇਣ ਜਿਹੜਾ 45,000 ਵਿੱਚੋਂ ਛੋਟ ਛੱਪਾ ਹੋ ਜਾਊਗਾ, ਠੀਕ ਆ। ਇੱਕ ਦੋਸਤੋ ਤੀਸਰੇ ਨੰਬਰ 'ਤੇ ਜਿਹੜੀ ਆਪਾਂ ਤੁਹਾਨੂੰ ਸਟਾਰਟਿੰਗ ਤੋਂ ਮੈਂਸ਼ਨ ਕੀਤਾ ਸੀਗਾ, ਇੱਕ 62 ਜਿਹੜੀ ਆ ਦੋਸਤੋ ਬਿਲਕੁਲ ਤਾਜ਼ੀ ਸੂਈ ਸਵਾਈ ਆ, ਇਹ ਦਿਖਾ ਦਿੰਦੇ ਹਾਂ, ਠੀਕ ਆ ਜੀ। ਅਤੇ ਚਵਾ ਜਿਹੜਾ ਦੋਸਤੋ ਬਿਲਕੁਲ ਬੌਲੇ 'ਤੇ ਚੱਲਣ ਡਈ ਹੋਣੀ ਆ, ਬਾਕੀ ਪੂਰੀ ਗੱਲਬਾਤ ਕਰਦੇ ਹਾਂ। ਬਲਜੀਤ, ਇਹਨੂੰ ਸੂਈ ਨੂੰ ਕਿੰਨੇ ਦਿਨ ਹੋ ਗਏ? ਇਹਨੂੰ ਵੀਰ ਜੀ ਅੱਜ ਚੌਥਾ ਦਿਨ ਜੋ। ਚੌਥਾ? ਹਾਂਜੀ। ਅਤੇ ਇਹ ਸੂਆ ਕਿੰਨਵਾਂ ਸੂਈ? ਇਹ ਸੂਆ ਵੀਰ ਜੀ ਤੀਜਾ ਹੀ ਆ ਜੀ। ਤੀਜੇ ਸੂਏ? ਹਾਂਜੀ ਠੀਕ ਆ, ਸੂਬੇ ਦੋਸਤੋ ਤੀਜੇ ਆ, ਠੀਕ ਆ। ਮਗਰ ਵੱਛੀ ਜੋ 4 ਦਿਨਾਂ ਦੀ ਸੂਈ ਆ, ਦੇਖੋ, ਤੇ ਮਗਰ ਵੱਛੀ ਵੇਖ ਲਓ ਜੀ, ਠੀਕ ਆ, ਬਲੈਕ ਹੀ ਮੈਨੂੰ ਤਾਂ ਵੀ ਬਿਲਕੁਲ। ਹਾਂਜੀ, ਜੈੱਡ ਬਲੈਕ ਜਿਹੜੀ ਆ ਦੋਸਤੋ ਮਗਰਾ ਵੱਛੀ ਆ, ਠੀਕ ਆ, ਆਹ ਕਰੋ ਚੈੱਕ ਨਾੜੂ ਬੱਚੇ ਦੇ ਨਾਲ। ਬਾਕੀ ਠੰਡੀ ਸੀਲ ਆ ਕੋਈ, ਆਹ ਲਓ ਜੀ ਵੀ ਠੰਡੀ ਤੇਰੀ ਸੀਲ ਸਾਊ, ਆਹ ਵੇਖੋ, ਆਹ ਲਓ ਜੀ, ਐਂ ਭਰਾ ਭਰੂ ਵਧੀਆ, ਠੀਕ ਆ, ਠੀਕ ਆ ਜੀ। ਅਤੇ ਇਹ ਵੀ ਤੋਰ ਦਿਓ ਬਲਜੀਤ ਭਾਈ, ਕੱਢ ਦਿਓ। 4 ਦਿਨਾਂ ਦੀ ਦੋਸਤੋ ਸੂਈ ਆ, ਠੀਕ ਆ, 4 ਦਿਨਾਂ ਦੀ ਸੂਈ ਆ, ਮਗਰ ਬੱਛੀ ਆ, ਫੀਮੇਲ ਕਾਫ ਆ, ਬੱਚਾ ਬਹੁਤ ਵਧੀਆ, ਚੰਗਾ ਬੱਚੇ ਨੂੰ ਜਨਮ ਦਿੱਤਾ, ਠੀਕ ਆ ਜੀ, ਬਿਲਕੁਲ ਬਲੈਕ ਮਗਰ ਬੱਛੀ, ਅਤੇ ਆਪ ਤੁਸੀਂ ਆ ਬੈਠ ਦੇਖ ਸਕਦੇ ਆ, ਠੀਕ ਆ ਜੀ। ਇਹ ਸੂਆ ਦੂਜਾ ਤੀਜਾ ਦੱਸਤਾ ਜੀ? ਹਾਂਜੀ ਤੀਜਾ ਸੂਆ ਜੀ, ਤੀਜੇ ਸੂਬੇ ਆ, ਠੀਕ ਆ ਜੀ। ਅਤੇ ਹੈ ਠੰਡੀ ਧੀਰੀ ਆ, ਕੋਈ ਵੰਗਾ ਵੀਰ ਪਾਉਣਾ ਚਾਹੇ ਅੱਗੇ ਲਿਜਾ ਕੇ ਤਾਂ ਜ਼ਰੂਰ ਤੁਸੀਂ ਵੰਗਾ ਵੀ ਪਾ ਸਕਦੇ ਜੇ। ਮੋਸਟਲੀ ਜਿਹੜਾ ਦੋਸਤੋ ਵਹਿੜਾਂ ਦੇ ਵਿੱਚ ਖਾਸ ਤੌਰ 'ਤੇ ਆਪਾਂ ਦੇਖੀਏ, ਰੱਸੀ ਆ, ਜੂਟ ਆ, ਠੀਕ ਆ, ਇਹ ਵੰਗਾ ਕੇ ਵੀ ਕਈ ਵੀਰ ਕਹਿ ਲੈਂਦੇ ਆ, ਇਹ ਪਾ ਲਈਦਾ ਮੋਸਟਲੀ, ਠੀਕ ਆ ਜੀ। ਕਈ ਨਾ ਪਸ਼ੂ ਨੂੰ ਜਿਹੜੀ ਮਾੜੀ ਮੋਟ ਵਹਿੜਾਂ ਦੇ ਵਿੱਚ ਖਾਸ ਤੌਰ 'ਤੇ, ਕਈ ਨਾ ਮਾੜੀ ਮੋਟ ਲੱਤ ਹਿਲਾਉਣ ਦੀ ਜਿਹੜੀ ਆਦਤ ਵੀ ਹੁੰਦੀ ਹੈ ਵੈਸੇ। ਬਾਕੀ ਠੰਡੀ ਧੀਰੀ ਆ, ਕੋਈ ਵੀਰ ਆਪਦਾ ਨਿਆਣਾ ਕੋਈ ਜੂਟ ਪਾ ਸਕਦਾ, ਅਦਰਵਾਈਜ਼ ਜਿਹੜੀ ਤੁਸੀਂ ਇਸ ਤਰ੍ਹਾਂ ਹੀ ਚਵਾਈ ਕਰ ਸਕਦੇ, ਠੀਕ ਆ, ਸੀਲ ਸਾਊਗਾ ਪੂਰੀ। ਆਹ ਦੇਖੋ ਜੀ, ਠੀਕ ਆ, ਇਹਦਾ ਮੁੱਲ ਬਲਜੀਤ ਸਿੰਘ ਕੀ ਰਹੂਗਾ? ਇਹਦਾ ਮੁੱਲ ਵੀਰ ਜੀ ਜਾਇਜ਼ ਹੀ ਹੈ ਜੀ, ਮੁੱਲ ਕਰਾਂਗੇ 32,000, ਹਾਂ ਨਾ ਦੇਵਾਂਗੇ 28,000 ਦੀ। 28,000 ਦੀ? ਹਾਂਜੀ, ਡਿਮਾਂਡ 32 ਹੈ। ਹਾਂਜੀ ਲਓ ਜੀ, 10 ਕਿਲੋ ਦੁੱਧ ਖੁੱਲਾ ਬੌਲਾ ਵਾ ਜੇ, ਬੌਲੇ 'ਚ ਚੱਲਣ ਦਾ ਹੀ ਆ ਹੁਣ। ਹਾਂਜੀ ਹੁਣ ਆਪਾਂ ਘਰੋਂ ਚਵਾ ਦਾਂਗੇ 2 ਡੰਗ। ਹਾਂਜੀ ਹਾਂਜੀ ਠੀਕ ਆ ਜੀ, ਖੁੱਲਾ ਦੁੱਧ, 10 ਕਿਲੋ ਬੌਲਾ ਜਿਹੜਾ, ਠੀਕ ਆ ਜੀ, ਚੌਥੇ ਦਿਨ ਦੇ ਵਿੱਚ ਕੋਈ ਵੀਰ ਅਕਾਊਂਟ ਕਰ ਲਏ ਬੌਲਾ ਜਿਹੜਾ ਘੱਟੋ ਘੱਟ ਵੀ 10 ਕਿਲੋ ਦਾ ਸਟਾਰਟਿੰਗ ਆ, ਠੀਕ ਆ। ਹਾਂਜੀ, ਅਤੇ ਮੁੱਲ ਜਿਹੜਾ ਦੋਸਤੋ ਡਿਮਾਂਡ 32 ਕਰਤੀ ਹੈ, ਲੈਣ ਦੇਣ ਜਿਹੜਾ ਹੈਗਾ 28,000, ਠੀਕ ਆ ਜੀ, 28,000 ਦੀ ਜਿਹੜੀ ਦੋਸਤੋ ਇਹ ਦਿੱਤੀ ਜਾਊਗੀ ਬੈਡ। ਬਾਕੀ ਥਣ ਪ੍ਰੋਪਰ ਜਿਹੜੇ ਬਿਲਕੁਲ ਮੁੱਠੀ ਵਾਲੇ, ਹੱਥੀ ਚਵਾਈ ਵਾਲਾ ਥਣ, ਮੱਛੀ ਬਹੁਤ ਹੀ ਬਰੀਟ ਵਾਲੀ ਵੇਖੋ। ਅਤੇ ਮਗਰ ਚੰਗਾ ਵੀ ਕਿਸੇ ਵੀਰ ਨੇ AI ਕਰਵਾਈ ਸੀ, ਬੱਚਾ ਬਹੁਤ ਜ਼ਿਆਦਾ ਸੋਹਣਾ, ਠੀਕ ਆ ਜੀ, ਵੱਛੀ ਕਾਫੀ ਸੋਹਣੀ ਆ ਮਗਰ ਬਰੀਡ ਦੇ ਵਿੱਚ ਪੂਰੀ ਆ ਵੇਖੋ। ਅਤੇ ਆਹ 3 ਨਾਗ ਸੀ ਅੱਜ ਵੀਰ ਹੋਰਾਂ ਦੇ ਕੋਲ, ਠੀਕ ਆ ਜੀ, ਵਿਕਾਊ
ਦੋ ਗੱਬਣ ਤੁਹਾਨੂੰ ਜਿਹੜਾ ਬੈੜਾਂ ਜਿਹੜੀਆਂ ਦੋਸਤੋ ਦੋ ਗੱਬਣ ਦਿਖਾਤੀਆਂ ਨੇ, ਇਹ ਬੈੜ ਜਿਹੜੀ ਤੁਹਾਨੂੰ ਬਿਲਕੁਲ ਤਾਜ਼ੀ ਸੂਈ ਸੂਈ ਦਿਖਾਤੀ ਹੈ। ਅਤੇ ਬਲਜੀ ਦਾ ਨੰਬਰ ਆਪਣੇ ਜ਼ਰੂਰ ਬੋਲ ਦਈਏ ਵੀਰ, ਨੰਬਰ ਵੀਰ ਜੀ ਆਪਣਾ ਹੈਗਾ 7347-4240-12। ਠੀਕ ਹੈ ਜੀ। ਅਤੇ ਪਿੰਡ ਆਪਣਾ ਸ਼ਿਵਾਜਪੁਰ? ਹਾਂਜੀ। ਸੋ ਬਿਲਕੁਲ ਸ਼ਿਵਾਜਪੁਰ ਪਿੰਡ ਦੋਸਤੋ ਤੁਸੀਂ ਵਿਜਿਟ ਕਰ ਸਕਦੇ ਜੀ। ਠੀਕ ਆ, ਪੀ ਐੱਚ ਭੱਠੇ ਲੱਗ ਗਿਆ ਆਪਣੀ ਬੈਗ, ਪੀ ਐੱਚ ਭੱਠੇ ਦੇ ਬਿਲਕੁਲ ਲਾਗੇ ਵੀਰ ਹੁਣ ਉਹਦੀਆਂ ਜਿਹੜੀਆਂ ਬਾਈਕਾਂ ਨੇ। ਠੀਕ ਆ। ਅਤੇ ਅੱਗੇ ਜਿਹੜਾ ਦੋਸਤੋ ਏਰੀਆ ਘੁਰਖ ਪਿੰਡ ਆ, ਸੂਰ ਪਿੰਡ, ਅੱਗੇ ਬਿਲਕੁਲ ਦਿਆਲਪੁਰੇ ਨੂੰ ਜਿਹੜੀ ਆ ਸੜਕ ਚਲੀ ਜਾਂਦੀ ਆ, ਅਤੇ ਜੇਕਰ ਆਪਾਂ ਚੜ੍ਹਦੇ ਨੂੰ ਵੇਖੀਏ ਤਾਂ ਬਿਲਕੁਲ ਆਪਣਾ ਤਰਨ ਤਾਰਨ ਸਾਹਿਬ ਨੂੰ ਸੜਕ ਚਲੀ ਜਾਂਦੀ ਹੈ ਸ਼ਿਵਾਜਪੁਰ, ਮਾਣੋ ਚਾਲ ਅਤੇ ਅੱਗੇ ਡਾਲੇ ਕੇ ਸਿੱਧਾ ਜਿਹੜਾ ਦੋਸਤੋ ਅੱਗੇ ਤਰਨ ਤਾਰਨ ਸਾਹਿਬ ਚਲੀ ਜਾਂਦੀ ਹੈ। ਸੋ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ। ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ।